ਰਲ ਕੇ ਮਨਾ ਲੋ ਖੁਸ਼ੀ thank you.
ਬਾਜੀ ਕਰ ਕਰ ਉਲਕੇ ਸੋਢੀ ਪਾਤਸ਼ਾਹ ਦੇ ਜਨਮ ਧਾਰਿਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਨਮ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਪੀੜ੍ਹੀ ਚ ਬਾਬਾ ਵਡਭਾਗ ਸਿੰਘ ਜੀ ਹੋਏ ਨੇ ਤੇ ਬਾਬਾ ਜੀ ਨੇ ਜਨਮ ਧਾਰਿਆ। ਸਾਰਿਆਂ ਨੂੰ ਇਤਿਹਾਸ ਪਤਾ ਹੀ ਹੈ, ਆ ਬਹੁਤੇ ਗਾਉਣ ਗਾਉਣ ਵਾਲੇ ਜਿਹੜੇ ਕਹਿੰਦੇ ਇਤਿਹਾਸ ਨੀ ਸੁਣਾਉਂਦੇ, ਬਾਬੇ ਇੰਨਾ ਕਰਦੇ ਉਹ ਕਰਦੇ ਆ, ਇਹਨਾਂ ਨੂੰ ਆਪਣਾ ਨੀ ਪਤਾ। ਆਪਾਂ ਪੂਰੇ ਦੂਜਿਆਂ ਬਾਰੇ ਬੋਲਦੇ ਨੇ, ਇਤਿਹਾਸ ਨੀ ਪਤਾ, ਕਹਿੰਦੇ ਤੈਨੂੰ ਇਤਿਹਾਸ ਪਤਾ, ਕਹਿੰਦੇ ਬਾਕੀ ਇੱਥੇ ਹੀ ਤੁਰੇ ਫਿਰਦੇ ਆ। ਕਹਿਣਗੇ ਜੀ ਇਤਿਹਾਸ ਹੀ ਨੀ ਸੁਣਾਇਆ ਕਿਸੇ ਨੇ ਅੱਜ ਤੱਕ, ਏਦਾਂ ਕਹਿਣਗੇ ਕਈ। ਪਰ ਪਿਆਰਿਓ ਬਹੁਤ ਬਾਬਾ ਵਡਭਾਗ ਸਿੰਘ ਸੋਢੀ ਪਾਤਸ਼ਾਹ ਦੀ ਬਹੁਤ ਕਿਰਪਾ ਹੋ ਗਈ ਹੈ। ਹੁਣ ਤੇ ਕਈ ਸੰਤ ਬਾਬੇ ਜਿਹੜੇ ਨੇ ਗੁਰਮਤਿ ਪ੍ਰਚਾਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ, ਬੜੀ ਸ਼ਰਧਾ ਨਾਲ ਮਨਾ ਰਹੇ ਨੇ ਕਈ ਬਾਬੇ। ਥੋੜੇ ਰਹਿ ਗਏ ਨੇ ਬਸ ਜਿਹੜੇ ਨੱਚਣ ਗੁੱਜਣ ਵਾਲੇ ਆਉਂਦੇ ਆ, ਥੋੜੇ ਬਹੁਤ ਰਹਿ ਗਏ ਨੇ। ਪਹਿਲੀ ਗੱਲ ਤੇ ਜਨਮ ਦਿਹਾੜਾ ਗੁਰਮਤਿ ਅਨੁਸਾਰ ਹੀ ਮਨਾਇਆ ਜਾਣਾ ਚਾਹੀਦਾ, ਨਾ ਕਿ ਗਿੱਧੇ ਪਾ ਕੇ ਗਾਉਣ ਵਾਲੇ ਬੁਲਾ ਕੇ ਨਹੀਂ ਮਨਾਉਣਾ ਚਾਹੀਦਾ। ਗੁਰਮਤ ਪ੍ਰਚਾਰ ਗੁਰੂ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮਨਾਉਣਾ ਚਾਹੀਦਾ। ਕਿਉਂ? ਕਿਉਂਕਿ ਬਾਬਾ ਵਡਭਾਗ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਸੀ, ਉਹਨਾਂ ਦੇ ਨਾਮ ਜਪਿਆ, ਉਹਨਾਂ ਨੇ ਕੋਈ ਗੋਲੀਆਂ ਨੀ ਕਢਾਈਆਂ, ਉਹਨਾਂ ਨੇ ਕੋਈ ਸਿਰ ਨੀ ਘੁਮਾਏ, ਉਹਨਾਂ ਨੇ ਕੋਈ ਜਾਦੂ ਟੂਣੇ ਨੀ ਕੀਤੇ, ਉਹਨਾਂ ਨੇ ਕੋਈ ਪਖੰਡ ਨੀ ਕੀਤਾ, ਉਹਨਾਂ ਨੇ ਕੋਈ ਧਾਗਾ ਨੀ ਵੰਡਿਆ, ਉਹਨਾਂ ਨੇ ਕੋਈ ਜਮੈਣਾ ਨੀ ਵੰਡੀਆਂ, ਉਹਨਾਂ ਨੇ ਨਾਮ ਤੇ ਬਹੁਤੇ ਜਿਹੜੇ ਨੇ ਬਹੁਤੇ ਬਾਬਾ ਵਡਭਾਗ ਸਿੰਘ ਨੂੰ ਮੰਨਣ ਵਾਲੇ ਸਿਰ ਘੁਮਾਈ ਜਾਣਗੇ, ਪਰ ਸਿਰ ਘੁਮਾ ਕੇ ਬਾਬਾ ਵਡਭਾਗ ਸਿੰਘ ਖੁਸ਼ ਨਹੀਂ ਹੋ ਗਿਆ, ਕਿਸੇ ਨੂੰ ਗੁੰਮਰਾਹ ਕਰਕੇ ਬਾਬਾ ਵਡਭਾਗ ਸਿੰਘ ਖੁਸ਼ ਨਹੀਂ ਹੁੰਦਾ। ਬਾਬਾ ਵਡਭਾਗ ਸਿੰਘ ਖੁਸ਼ ਹੁੰਦਾ ਹੈ ਨਾਮ ਜਪ, ਬਾਬਾ ਵਡਭਾਗ ਸਿੰਘ ਖੁਸ਼ ਹੁੰਦਾ ਹੈ ਬਾਣੀ ਪੜ੍ਹ, ਬਾਬਾ ਵਡਭਾਗ ਸਿੰਘ ਤਾਂ ਖੁਸ਼ ਹੋਏਗਾ ਜੇ ਤੂੰ ਨਾਮ ਜਪੇ। ਬਹੁਤਿਆਂ ਨੇ ਬਿਜ਼ਨਸ ਬਣਾਏ ਨੇ ਬਾਬਾ ਜੀ ਦੇ ਨਾਂ ਤੇ, ਬਿਜ਼ਨਸ ਧੰਦੇ ਬਣਾਏ ਨੇ, ਪਰ ਪਿਆਰਿਓ ਬਾਬਾ ਵਡਭਾਗ ਸਿੰਘ ਸੋਢੀ ਪਾਤਸ਼ਾਹ ਜੀ ਦੇ ਨਾਂ ਤੇ ਕਈ ਪਖੰਡ ਕਰਦੇ ਨੇ, ਜਿਹੜੇ ਕਹਿੰਦੇ ਆ ਬਾਬਾ ਵਡਭਾਗ ਸਿੰਘ ਏਦਾਂ, ਬਾਬਾ ਵਡਭਾਗ ਸਿੰਘ ਉਦਾਂ। ਆ ਪਖੰਡ ਕਰਨ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਵੀਡੀਓ ਰਾਹੀਂ, ਬਲੌਗ ਬਣਦਾ ਵੀਡੀਓ ਦੇ ਵਿੱਚ, ਕਿਉਂਕਿ ਬਾਬਾ ਵਡਭਾਗ ਸਿੰਘ ਦੇ ਨਾਂ ਤੇ ਇਹਨਾਂ ਲੋਕਾਂ ਨੇ ਧੰਦੇ ਬਣਾ ਲਏ ਵੀ ਬਾਬਾ ਵਡਭਾਗ ਸਿੰਘ ਇੱਦਾਂ ਕਰਦਾ ਸੀ ਉਹ ਕਰਦਾ ਸੀ, ਇਹਨਾਂ ਨੂੰ ਆਪਣਾ ਇਤਿਹਾਸ ਨੀ ਪਤਾ ਕਿੱਦਾਂ ਅਸੀਂ ਆਏ, ਇਹ ਗੁਰੂ ਦਾ ਇਤਿਹਾਸ ਤੁਸੀਂ ਪੜ੍ਹ ਲਓ। ਬਾਬਾ ਵਡਭਾਗ ਸਿੰਘ ਬਾਰੇ ਇਹਨਾਂ ਨੂੰ ਮਾਈਂਡ ਦੀ ਨੌਲੇਜ ਘੱਟ ਹੈ, ਦੂਜਿਆਂ ਨੂੰ ਮੱਤਾਂ ਦਿੰਦੇ ਨੇ ਵੀ ਇਤਿਹਾਸ ਨੀ ਸੁਣਾਉਂਦੇ, ਫਲਾਣਾ ਨੀ ਕਰਦੇ, ਧਮਕਾਣਾ ਨੀ ਕਰਦੇ, ਏਦਾਂ ਜੀ ਓਦਾਂ, ਤੂੰ ਇਤਿਹਾਸ ਸੁਣਾਉਂਦਾ ਕਿਤੇ। ਪਰ ਪਿਆਰਿਓ ਨਹੀਂ, ਬਾਬਾ ਵਡਭਾਗ ਸਿੰਘ ਸਾਹਿਬ ਜੀ ਨੇ ਨਾਮ ਜਪਿਆ, ਬਾਣੀ ਪੜ੍ਹੀ ਹੈ, ਸਿਮਰਨ ਕੀਤਾ, ਬੰਦਗੀ ਕੀਤੀ ਹੈ, ਨਾਮ ਨਾਲ ਜੁੜੇ, ਬਾਣੀ ਨਾਲ ਜੁੜੇ, ਉਹਨਾਂ ਨੇ ਭਗਤੀ ਕੀਤੀ, ਭਗਤੀ ਕਰਕੇ ਸ਼ਕਤੀ ਪੈਦਾ ਕੀਤੀ, ਆਪੋ ਸਤਨਾਮ, ਉਹਨਾਂ ਨੇ ਸਿਰ ਨਹੀਂ ਘੁਮਾਏ, ਉਹਨਾਂ ਨੇ ਵਾਰ ਨਹੀਂ ਖੁਲਾਰੇ, ਉਹਨਾਂ ਨੇ ਕੋਈ ਵਾਰ ਨਹੀਂ ਖੁਲਾਰੇ, ਸਿਰ ਨਹੀਂ ਘੁਮਾਏ, ਉਹਨਾਂ ਨੇ ਤੇ ਨਾਮ ਜਪਿਆ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਜਪ ਮਨ ਸਤਨਾਮ ਸਦਾ ਸਤਨਾਮ, ਜਪ
ਲੱਭ। ਉਹਨਾਂ ਨੇ ਉਹ ਕੀਤਾ ਜਿਹੜਾ ਬਾਬਾ ਵਿਭਾਗ ਸਿੰਘ ਜੀ ਨੇ ਨਾਮ ਜਪ ਕੇ ਸੰਗਤਾਂ ਦਾ ਬੇੜਾ ਪਾਰ ਕੀਤਾ। ਅੱਜ ਡੇਰਾ ਸਾਹਿਬ ਦੀ ਧਰਤੀ ਤੇ ਬਾਬਾ ਜੀ ਪਹੁੰਚੇ, ਉੱਥੇ ਵੀ ਪਾਣੀ ਬਣਿਆ। ਡੇਰਾ ਸਾਹਿਬ ਦੀ ਧਰਤੀ ਨੂੰ ਅੱਜ ਐਵੇਂ ਨਹੀਂ ਮੱਥੇ ਟਿਕਦੇ, ਉੱਥੇ ਜਾ ਕੇ ਸਿੱਧੇ ਕੀਤੇ ਪਾਡਾਣੇ ਨੇ ਬਾਬਾ ਵਿਭਾਗ ਸਿੰਘ ਵਰਗਾ ਮਹਾਂਪੁਰਖ, ਬਾਬਾ ਵਿਭਾਗ ਸਿੰਘ ਵਰਗਾ ਸਾਧੂ। ਪਿਆਰੇ ਜਗ ਦੇ ਕੋਈ ਜਰਮਾ ਹੀ ਆਖੋ ਸੱਚ ਬੜੇ ਹੋਣਗੇ, ਪਰ ਬਾਬੇ ਵਿਭਾਗ ਸਿੰਘ ਵਰਗਾ ਸਾਧੂ ਵੀ ਕੋਈ ਨੀ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਮ ਸਤਿਕਾਰ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਕੀਤਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਜੁੜਿਆ ਸੰਗਤਾਂ ਨੂੰ। ਪਿਆਰੇ ਉਹ ਬਾਬਾ ਵਿਭਾਗ ਸਿੰਘ ਉਹ ਬਾਬਾ ਵਿਭਾਗ ਸਿੰਘ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ। ਸਾਰੀ ਜ਼ਿੰਦਗੀ ਬਾਬਾ ਵਿਭਾਗ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਅਰਪਣ ਕਰਤੀ। ਜਿਹੜੇ ਕਹਿਣਗੇ ਮਰਿਆਦਾ ਚ ਨੂੰ ਮਰਿਆਦਾ ਤੁਸੀਂ ਮਰਿਆਦਾ ਚ ਰਹਿੰਦੇ ਹੋ ਕਿਵੇਂ
ਤੁਸੀਂ ਮਰਿਆਦਾ ਚ ਨਹੀਂ ਹੋ, ਤੁਸੀਂ ਕਿਤੇ ਮਰਿਆਦਾ ਚ ਹੋ, ਤੁਸੀਂ ਜਾ ਜਾ ਕਿਸੇ ਕਿਸੇ ਕੋਲ ਜਾਂਦੇ ਹੋ, ਕਿਸੇ ਪੰਡਿਤ ਕੋਲ ਪੱਤਰੀਆਂ ਕਢਾਉਂਦੇ ਹੋ, ਕਿਸੇ ਕੋਲ ਕੁਛ ਕਰਾਉਂਦੇ ਹੋ, ਆਪ ਮਰਿਆਦਾ ਚ ਹੈ ਨੀ ਕਹੀ ਜਾਂਦਾ। ਪਰ ਪਿਆਰਿਓ ਨਹੀਂ, ਬਾਬਾ ਬੜਾ ਭਾਗ ਸਿੰਘ ਵਰਗਾ ਸਾਧਵਾਂ ਗੁਰੂ, ਬਾਬਾ ਬੜਾ ਭਾਗ ਸਿੰਘ ਵਰਗਾ ਮਹਾਂਪੁਰਖ ਹੋਈ ਜਿਹਨਾਂ ਨੇ ਰੰਗ ਰੰਗ ਸਿਮਰਨ ਬੰਦਗੀ ਕੀਤੀ ਹੈ, ਬੰਦਗੀ ਨਾਲ ਜੋੜਿਆ ਹੋਇਆ ਉਹ ਬੰਦਗੀ ਬਾਬਾ ਜੀ ਦੀ ਬੰਦਗੀ ਪਿਆਰੇ ਹੋ, ਜਿਹੜੀ ਬੰਦਗੀ ਕੀਤੀ ਸੀ ਬਾਬਾ ਜੀ ਦੀ ਬੰਦਗੀ ਬੋਲਦੀ ਹੈ ਡੇਰਾ ਸਾਹਿਬ। ਬਾਬਾ ਜੀ ਦਾ ਜਨਮ ਦਿਹਾੜਾ
ਵੱਡਾ ਸਮਾਗਮ ਜਿਹੜਾ 23 ਸਤੰਬਰ ਨੂੰ ਦਿਨ ਦਾ ਦਿਨ ਸੋਮਵਾਰ ਸਾਰੀ ਸੰਗਤ ਨੇ ਭਾਈ ਜਿੰਨੀ ਸੰਗਤ ਇਸ ਸਮਾਗਮ ਨੂੰ ਸੁਣ ਰਹੀ ਹੈ ਮੀਟਿੰਗ ਨੂੰ ਸਭ ਨੂੰ ਬੇਨਤੀ ਹੈ 23 ਸਤੰਬਰ ਨੂੰ ਅੰਬਾਲੇ ਪਹੁੰਚਿਓ ਅਤੇ ਬਾਬਾ ਜੀ ਦੀ ਖੁਸ਼ੀਆਂ ਲਿਓ ਜੀ ਮਹਾਰਾਜ ਸਾਹਿਬ ਕਿਰਪਾ ਕਰਨਾ।